ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਸੜਕ ਦੇ ਉੱਤੇ ਦੇਖਣ ਨੂੰ ਮਿਲਿਆ। ਕਿਹਾ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਥਾਰ ਦੇ ਵਿੱਚ ਕੁਝ ਨੌਜਵਾਨ ਸਵਾਰ ਹੋ ਕੇ ਆਉਂਦੇ ਨੇ ਤੇ ਜਿਵੇਂ ਹੀ ਉਹ ਆਪਣੇ ਘਰ ਦੇ ਬਾਹਰ ਆਪਣੀ ਥਾਰ ਨੂੰ ਰੋਕਦੇ ਨੇ ਤਾਂ ਪਿੱਛੋਂ ਦੀ ਕੁਝ ਹਮਲਾਵਰ ਆਉਂਦੇ ਨੇ ਤੇ ਉਹਨਾਂ ਦੀ ਥਾਰ ਗੱਡੀ ਦੇ ਉੱਤੇ ਹਮਲਾ ਕਰ ਦਿੰਦੇ ਨੇ। ਲਾਠੀ ਡੰਡਿਆਂ ਦੇ ਨਾਲ ਥਾਰ ਗੱਡੀ ਜੋ ਹੈ ਉਹ ਭੰਨ ਦਿੱਤੀ ਜਾਂਦੀ ਹੈ ਤੇ ਜੋ ਉਸਦੇ ਵਿੱਚ ਸਵਾਰ ਨੌਜਵਾਨ ਹੁੰਦੇ ਨੇ ਉਹ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਨੂੰ ਬਚਾ ਕੇ ਆਪਣੇ ਘਰ ਦੇ ਵਿੱਚ ਦਾਖਲ ਹੋ ਕੇ ਆਪਣੀ ਜਾਨ ਨੂੰ ਬਚਾਉਂਦੇ ਨੇ। ਤਾਂ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਥਾਰ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਹਮਲਾਵਰ ਲਗਾਤਾਰ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਸੀ ਤੇ ਜਿਵੇਂ ਹੀ ਉਹਨਾਂ ਨੇ ਆਪਣੇ ਘਰ ਦੇ ਬਾਹਰ ਇਹ ਥਾਰ ਗੱਡੀ ਰੋਕੀ ਤਾਂ ਉਹਨਾਂ ਦੇ ਉੱਤੇ ਤੁਰੰਤ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਫਿਲਹਾਲ ਹੁਣ ਪੁਲਿਸ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ, ਪਰ ਜੋ ਵੀਡੀਓ ਸਾਹਮਣੇ ਆਈ ਹੈ ਉਸ ਤੋਂ ਸਵਾਲੀਆ ਚਿੰਨ੍ਹ ਲੱਗਣੇ ਜ਼ਰੂਰ ਲਾਜ਼ਮੀ ਨੇ, ਕਿਉਂਕਿ ਬੇਖੌਫ ਹੋ ਕੇ ਬਦਮਾਸ਼ਾਂ ਦੇ ਵੱਲੋਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜੋ ਸੀਸੀਟੀਵੀ ਸਾਹਮਣੇ ਆਈ ਹੈ ਉਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਖੌਫ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਈ ਕੰਨੇ ਮਹੱਲੇ ਦੀ ਕੰਪਲੇਂਟ ਆਈ ਕੰਮੈਣੇ ਗੇਟ ਕੋਲੋਂ। ਅਸੀਂ ਮੌਕੇ 'ਤੇ ਪਹੁੰਚ ਗਏ, ਥਾਰ ਗੱਡੀ ਕਾਫੀ ਭੰਨ ਕੇ ਭੱਜ ਗਏ ਮੁੰਡੇ। ਕੋਈ ਇਹਨਾਂ ਦੀ ਆਪਸੀ ਰੰਜਿਸ਼ਬਾਜ਼ੀ ਆ ਕੋਈ ਸੁਖਨੂਰ ਮੁੰਡੇ ਨਾਲ, ਸੁਖਨੂਰ ਦਾ ਘਰ ਆ ਜਿਹਦੀ ਥਾਰ ਭੰਨੀ ਉਹਨਾਂ ਨੇ। ਕਾਰਵਾਈ ਫੜਦੇ ਨੇ, ਉਹਨਾਂ ਨੇ ਬਿਆਨ ਲਿਖ ਕੇ ਸੀ ਅਗਲੀ ਕਾਨੂੰਨੀ ਬਣਦੀ, ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਵਿਰੁੱਧ। ਗੁੰਡਾਗਰਦੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ। ਪਹਿਲਾਂ ਫਿਲਹਾਲ ਤਾਂ ਮੇਰੇ ਸਾਡੇ ਧਿਆਨ 'ਚ ਨਹੀਂ ਆਇਆ, ਫਿਰ ਵੀ ਉਹਦੇ ਆਇਆ ਤੁਹਾਨੂੰ ਦੱਸਿਆ ਜਾਊਗਾ। ਨਹੀਂ ਫਿਲਹਾਲ ਨਹੀਂ, ਕੋਈ ਅਜੇ ਕੋਈ ਗ੍ਰਿਫਤਾਰੀ ਨਹੀਂ, ਕਿਉਂਕਿ ਇਹ ਤਾਂ ਕਹਿੰਦੇ ਅਸੀਂ ਪੰਜ ਤੋਂ ਵੱਧ ਸੀਗੇ, ਪੰਜ ਛੇ ਬੰਦੇ ਸੀਗੇ। ਸ਼ਨਾਖਤ ਤਾਂ ਉਹ ਦੱਸ ਰਹੇ ਆ ਮੁੰਡੇ ਨਾਂ, ਹਾਂਜੀ ਹਾਂਜੀ ਹਾਂ, ਸੀ ਸੀ ਟੀ ਵੀ ਉਹਨਾਂ ਦੇ ਕੈਮਰਾ ਲੱਗਿਆ ਜੀ, ਜਿਹਨਾਂ ਦੀ ਥਾਰ ਭੰਨੀ ਆ ਉਹਨਾਂ ਨੇ ਚੈੱਕ ਕੀਤਾ।